Ciao, ciao, ciao. ਲੋਕਸਭਾ ਚੋਣਾਂ 2024 ਦੇ 7ਵੇਂ ਗੇੜ ਦੇ ਜਿਹੜੇ ਚੋਣਾਂ ਕੱਲ 1 ਜੂਨ ਨੂੰ ਹੋਣਗੇ ਔਰ ਉਸ ਨੂੰ ਲੈ ਕੇ ਲੋਕਸਭਾ ਹਲਕਾ ਗੁਰਦਾਸਪੁਰ ਦੇ ਵਿੱਚ ਵੀ ਜਿਹੜਾ ਪੋਲਿੰਗ ਸਟਾਫ ਆ ਉਹ ਰਵਾਨਾ ਕੀਤਾ ਜਾ ਰਿਹਾ ਔਰ ਪੋਲਿੰਗ ਖਾਸ ਤੌਰ ਤੇ ਗਰਮੀ ਦੇ ਮੌਸਮ ਨੂੰ ਧਿਆਨ 'ਚ ਰੱਖਦੇ ਆ ਇੱਕ ਇੰਤਜ਼ਾਮ ਪਾਣੀ ਦੀਆਂ ਬੋਟਲਸ ਦੇ ਇੰਤਜ਼ਾਮ ਕੀਤੇ ਗਏ ਨੇ ਆਉਣ ਵਾਲੇ ਵੋਟਰਸ ਲਈ ਔਰ ਉੱਥੋਂ ਦੇ ਪੋਲਿੰਗ ਸਟੇਸ਼ਨ ਦੇ ਵਿੱਚ ਰਹਿਣ ਵਾਲੇ ਪੋਲਿੰਗ ਸਟਾਫ ਲਈ ਔਰ ਖਾਸ ਇੱਕ ਸ਼ਬੀਲਾਂ ਲਗਾਈਆਂ ਜਾਣਗੀਆਂ ਹਰ ਇੱਕ ਪੋਲਿੰਗ ਸਟੇਸ਼ਨ ਦੇ ਉੱਤੇ ਔਰ ਉਹਦੇ ਲਈ ਸ਼ਰਬਤ ਦੀਆਂ ਬੋਟਲਸ ਜਿਹੜੀਆਂ ਨੇ ਉਹਨਾਂ ਨੂੰ ਨਾਲ ਭੇਜੀਆਂ ਜਾ ਰਹੀਆਂ। ਬਿਲਕੁਲ ਬਿਲਕੁਲ ਜੀ, ਗਰਮੀ ਦਾ ਮੌਸਮ ਹੈਗਾ, ਇਹਦੇ ਨਾਲ ਅਸੀਂ ਸਪੈਸ਼ਲ ਅਰੇਂਜਮੈਂਟਸ ਕਰਵਾਏ ਹੋਏ ਆ, ਛਬੀਲਾਂ ਪ੍ਰੈਜ਼ੈਂਟ ਹੋਣਗੀਆਂ, ਮਿਡ ਡੇ ਮੀਲ ਵਰਕਰਸ ਨੂੰ ਅਸੀਂ ਇੰਸਟਰਕਸ਼ਨਸ ਦਿੱਤੀਆਂ ਹੋਈਆਂ ਕਿ ਉੱਥੇ ਲੱਸੀ ਐਵਰੀਥਿੰਗ ਸ਼ੁੱਡ ਬੀ ਪ੍ਰੋਵਾਈਡਿਡ। ਅਪਾਰਟ ਫਰੋਮ ਦੈਟ ਅਸੀਂ ਕੂਲਰ ਦੇ ਅਰੇਂਜਮੈਂਟਸ ਕਰਵਾਏ ਹੋਏ ਆ, ਵੈਟ ਵਾਈਪਸ ਰੱਖੀਆਂ ਗਈਆਂ, ਸੋ ਹੀਟ ਵੇਵ ਦਾ ਪੂਰਾ ਧਿਆਨ ਰੱਖਿਆ ਗਿਆ, ਟੈਂਟਿੰਗ ਹੈਜ਼ ਬੀਨ ਮੇਡ ਅਵੇਲੇਬਲ ਦੇਅਰ। ਸੋ ਇਸ ਚੀਜ਼ ਦਾ ਆਪਾਂ ਬਿਲਕੁਲ ਧਿਆਨ ਰੱਖਿਆ ਹੈ ਕਿ ਤੁਹਾਨੂੰ ਸਾਡੇ ਐਟਲੀਸਟ ਪੋਲਿੰਗ ਸਟਾਫ ਨੂੰ ਅਤੇ ਜਿਹੜੇ ਮੈਂਬਰਸ ਕਿਊ 'ਚ ਖੜੇ ਆ, ਪੱਖਿਆਂ ਦਾ ਅਰੇਂਜਮੈਂਟ ਹੋਵੇ। ਅਸੀਂ ਆਪ ਜਾ ਕੇ ਪੋਲਿੰਗ ਸਟੇਸ਼ਨਸ ਤੇ ਦੇਖਿਆ ਕਿ ਬੇਸਿਕ ਇਨਫਰਾਸਟ੍ਰਕਚਰ ਉੱਥੇ ਮਿਸਿੰਗ ਨਾ ਹੋਵੇ। ਭਾਰਤ ਵਿੱਚ 2024 ਦੀਆਂ ਲੋਕ ਸਭਾ ਚੋਣਾਂ ਦੇ ਅੰਤਮ ਗੇੜ ਦੀ ਤਿਆਰੀ ਹੈ ਜੋ ਉਹ ਮੁਕੰਮਲ ਕਰ ਲਈ ਗਈ ਹੈ। ਚੋਣ ਅਧਿਕਾਰੀਆਂ ਨੇ ਅੱਜ ਪੰਜਾਬ ਭਰ ਵਿੱਚ ਅੰਤਮ ਗੇੜ ਦੀ ਜਿਹੜੀ ਵੋਟਿੰਗ ਹੋਣੀ ਆ ਉਸ ਲਈ ਜਿਹੜੀ ਹੈਗੀ ਆ ਤੈਨਾਤ ਕੀਤੇ ਗਏ ਵੋਟਿੰਗ ਅਮਲੇ ਨੂੰ ਜਿਹੜਾ ਹੈਗਾ ਉਸ ਦੀ ਟ੍ਰੇਨਿੰਗ ਦਿੱਤੀ ਗਈ ਹੈ ਅਤੇ ਜਿਹੜੀਆਂ ਮਸ਼ੀਨਾਂ ਨੇ ਉਹ ਉਹਨਾਂ ਪਾਰਟੀਆਂ ਦੇ ਸਪੁਰਦ ਕਰ ਦਿੱਤੀਆਂ ਗਈਆਂ ਹਨ ਅਤੇ ਜਿਹੜੀਆਂ ਪੋਲਿੰਗ ਪਾਰਟੀਜ਼ ਨੇ ਉਹ ਆਪੋ ਆਪਣੇ ਜਿਹੜੀ ਮਸ਼ੀਨਾਂ ਲੈ ਕੇ ਸੁਰੱਖਿਆ ਦਸਤਿਆਂ ਦੇ ਨਾਲ ਆਪੋ ਆਪਣੇ ਪੋਲਿੰਗ ਬੂਥਾਂ ਲਈ ਰਵਾਨਾ ਹੋ ਗਈਆਂ ਹਨ। ਤੁਹਾਨੂੰ ਦੱਸ ਦਈਏ ਕਿ ਅੱਜ ਰਾਤ ਤੱਕ ਜਿਹੜੀਆਂ ਪੋਲਿੰਗ ਪਾਰਟੀਜ਼ ਨੇ ਉਹਨਾਂ ਨੂੰ ਹਦਾਇਤ ਕੀਤੀ ਗਈ ਹੈ ਚੋਣ ਕਮਿਸ਼ਨ ਵੱਲੋਂ ਕਿ ਰਾਤ 8 ਵਜੇ ਤੱਕ ਉਹ ਆਪੋ ਆਪਣੇ ਪਿੰਡਾਂ ਵਿੱਚ ਜਿੱਥੇ ਉਹਨਾਂ ਦੀ ਨਿਯੁਕਤੀ ਕੀਤੀ ਗਈ ਹੈ ਉੱਥੇ ਪੋਲਿੰਗ ਪਾਰਟੀ ਅਤੇ ਪੋਲਿੰਗ ਜੋ ਸਮੱਗਰੀ ਹੈ ਉਸ ਦੇ ਨਾਲ ਉੱਥੇ ਪਹੁੰਚਣ ਅਤੇ 8 ਵਜੇ ਤੱਕ ਉਹ ਆਪਣੇ ਜ਼ਿਲ੍ਹਾ ਅਧਿਕਾਰੀ ਨੂੰ ਜ਼ਿਲ੍ਹਾ ਚੋਣ ਅਧਿਕਾਰੀ ਨੇ ਜੋ ਡਿਪਟੀ ਕਮਿਸ਼ਨਰ ਨੇ ਉਹਨਾਂ ਨੂੰ ਰਿਪੋਰਟ ਕਰਨ। ਇੱਥੇ ਤੁਹਾਨੂੰ ਦੱਸ ਦਈਏ ਕਿ ਇੱਕ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਪੰਜਾਬ ਵਿੱਚ ਪੈ ਰਹੀ ਸਖਤ ਗਰਮੀ ਦੇ ਕਾਰਨ ਹੋ ਸਕਦਾ ਹੈ ਕਿ ਪੋਲਿੰਗ ਬੂਥਾਂ 'ਤੇ ਖਾਸ ਕਰਕੇ ਪਿੰਡਾਂ ਅਤੇ ਸ਼ਹਿਰਾਂ ਦੇ ਜਿਹੜੇ ਬੂਥ ਨੇ ਉੱਥੇ ਲੋਕ ਘੱਟ ਨਿਕਲਣ ਵੋਟਾਂ ਪਾਉਣ ਲਈ ਕਿਉਂਕਿ ਗਰਮੀ ਦਾ ਜਿਹੜਾ ਪ੍ਰਕੋਪ ਆ ਉਹ ਬਹੁਤ ਜ਼ਿਆਦਾ ਪਿਛਲੇ 4 ਦਿਨਾਂ ਤੋਂ ਦੇਖਣ ਨੂੰ ਮਿਲ ਰਿਹਾ ਹੈ ਅਤੇ ਵੋਟਰਾਂ ਨੂੰ ਇੱਕ ਇਹ ਵੀ ਸਹੂਲਤ ਦਿੱਤੀ ਗਈ ਹੈ ਕਿ ਵੋਟਰ ਆਪਣੀ ਕਤਾਰ ਆ ਜਿੱਥੇ ਉਹਦੀ ਪੋਲਿੰਗ ਉੱਤੇ ਵੋਟ ਪਾਉਣੀ ਆ ਉਹਦੀ ਜਾਣਕਾਰੀ ਵੀ ਘਰ ਬੈਠੇ ਵਟਸਐਪ ਇੱਕ ਨੰਬਰ ਜਾਰੀ ਕੀਤਾ ਗਿਆ ਹੈ ਉਸ ਉੱਪਰ ਆਪਣਾ ਮੈਸੇਜ ਲਿਖ ਕੇ ਉਹ ਜਾਣਕਾਰੀ ਹਾਸਲ ਕਰ ਸਕਦੇ ਹਨ ਕਿ ਜਿਸ ਪੋਲਿੰਗ ਬੂਥ 'ਤੇ ਉਸਨੇ ਵੋਟ ਪਾਉਣੀ ਹੈ ਉੱਥੇ ਕਿੰਨਾ ਇਕੱਠ ਹੈ ਜਾਂ ਕਿੰਨੀ ਭੀੜ ਹੈ।